ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਵਿੱਚ ਡੇਰਾ ਰੋਡ ਤੇ 2 ਅਪ੍ਰੈਲ 2017 ਨੂੰ ਸੁਖਜਿੰਦਰ ਉਰਫ ਲਾਲਾ ਨਾਂ ਦੇ ਗੈਂਗਸਟਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਬਲਾਈਂਡ ਮਰਡਰ ਦਾ ਮਾਮਲਾ ਸੁਲਝਾਉਂਦੇ ਹੋਏ ਗੈਂਗਸਟਰ ਲਾਲਾ ਨੂੰ ਕਤਲ ਕਰਨ ਦਾ ਫਰਮਾਨ ਜਾਰੀ ਕਰਨ ਵਾਲੇ ਕੁਖਿਆਤ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸੈਂਟਰਲ ਜੇਲ੍ਹ ਹੁਸ਼ਿਆਰਪੁਰ ਤੋਂ ਲਿਆ ਕੇ ਬਟਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਅਤੇ ਜੱਜ ਨੇ 2 ਦਿਨ ਦੇ ਰਿਮਾਂਡ ਉੱਤੇ ਭੇਜ ਦਿੱਤਾ, ਜਿੱਥੇ ਜੱਗੂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਹੁਣ ਗੈਂਗਸਟਰ ਜੱਗੂ ਉੱਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਨੂੰ ਅੰਜਾਮ ਦੇ ਰਹੀ ਹੈ। ਕੋਰਟ ਦੇ ਵਿੱਚ ਜੱਗੂ ਨੂੰ ਮੁਕੱਦਮਾ ਨੰਬਰ 54/2417 ਅੰਡਰ ਸੈਕਸ਼ਨ 302/201/148/149 IPC 25R PS ਸਿਵਲ ਇਨ ਬਟਾਲਾ, ਉਹਦੇ ਸੰਬੰਧ 'ਚ ਇਹਨੂੰ ਪ੍ਰੋਟੈਕਸ਼ਨ ਵਾਰੰਟ ਦੇ ਹੁਸ਼ਿਆਰਪੁਰ ਸੈਂਟਰਲ ਜੇਲ੍ਹ ਤੋਂ ਲੈਂਦਾ ਸੀ। ਇਹਦੇ ਇਸ ਤੋਂ ਪਹਿਲਾਂ ਇੱਕ ਅਕਿਊਜ਼ ਅਰੈਸਟ ਹੋਇਆ ਸੀ ਸਰਜ ਮਿੰਟੂ। ਸਰਜ ਮਿੰਟੂ ਨੇ ਕਨਫੈਸ਼ਨ ਕੀਤਾ ਸੀ ਕਿ ਮੈਨੂੰ ਡਾਇਰੈਕਸ਼ਨਸ ਆਈਆਂ ਜੱਗੂ ਭਗਵਾਨਪੁਰੀਆ ਤੋਂ, ਅੰਮ੍ਰਿਤਸਰ ਸੈਂਟਰਲ ਜੇਲ੍ਹ 'ਚ ਬੰਦ ਸੀ ਉਦੋਂ 1 ਅਪ੍ਰੈਲ 2017 ਨੂੰ, ਅਤੇ ਮੈਨੂੰ ਡਾਇਰੈਕਸ਼ਨਸ ਆਈਆਂ ਕਿ ਤੁਸੀਂ ਆਪਣੇ ਨਾਲ ਬੰਦੇ ਲੈ ਕੇ ਅਤੇ ਲਾਲੇ ਦਾ ਮਰਡਰ ਕਰ ਦਿਓ। ਲਾਲਾ ਅਤੇ ਜੱਗੂ ਦੋਵੇਂ ਆਪਸ 'ਚ ਇੱਕ ਦੂਜੇ ਦੇ ਵਿਰੋਧੀ ਧੜੇ ਦੇ ਮੈਂਬਰ ਸੀਗੇ। ਇਹਨਾਂ ਦੋਨਾਂ ਦੇ ਖਿਲਾਫ ਇੱਕ ਦੂਜੇ ਦੇ ਖਿਲਾਫ ਇਹਨਾਂ ਦੇ 307 IPC ਦੇ ਜਾਂ 324/26 ਦੇ IPC ਦੇ ਪਰਚੇ ਦਰਜ ਸੀ ਪਹਿਲਾਂ। ਲਾਲਾ ਆਣ ਕੇ ਜੇਲ੍ਹ 'ਚੋਂ ਵਾਪਸ ਆਣ ਕੇ ਆਪਣਾ ਕੰਮ ਕਰਨ ਲੱਗਦਾ ਸੀਗਾ, ਪਰ ਇਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਪਵਿੱਤਰ ਸਿੰਘ ਚੌੜਾ ਮਧਰਾ ਹੈ, ਚੌੜਾ ਪਿੰਡ ਹੈ ਉਹਨਾਂ ਦਾ, ਥਾਣਾ ਘੁਮਾਨ 'ਚ, ਇੱਕ ਸਰਜ ਮਿੰਟੂ ਅਤੇ ਇੱਕ ਅਰੁਣ ਸ਼ੁਰੀਮਾਰ, ਇਹ ਤਿੰਨ ਜਣੇ ਆ। ਤਿੰਨਾਂ ਜਣਿਆਂ ਨੇ ਇਹ ਸਕੋਰਪੀਓ 'ਤੇ ਜਾ ਰਿਹਾ ਸੀ, ਉਹਦੇ ਵਿੱਚ ਉਹਨਾਂ ਨੇ ਉਹਨੂੰ ਗੋਲੀਆਂ ਮਾਰ ਕੇ ਉਹਦੀ ਕਤਲ ਕਰ ਦਿੱਤਾ ਸੀ। ਇਨਵੈਸਟੀਗੇਸ਼ਨ ਦੇ ਦੌਰਾਨ ਜਦੋਂ ਐਵੀਡੈਂਸ ਆਈ, ਐਵੀਡੈਂਸ ਦੇ ਉੱਤੇ ਇਹਨਾਂ ਨੂੰ ਸਰਜ ਮਿੰਟੂ ਅਤੇ ਪਵਿੱਤਰ ਦੇ ਖਿਲਾਫ 2 FIR ਆ। ਜਦੋਂ ਜੱਗੂ ਦੇ ਖਿਲਾਫ ਐਵੀਡੈਂਸ ਆਈ ਇਹਦੀ ਕੌਨਸਪਰੇਸੀ, ਅਸੀਂ 120 VIPC ਦਾ ਇਸ ਮੁਕੱਦਮੇ 'ਚ ਵਾਧਾ ਕਰਕੇ ਇਹਨੂੰ ਪ੍ਰੋਡਕਸ਼ਨ ਰੇਂਜ 'ਤੇ ਲੈ ਕੇ ਮਾਨਯੋਗ ਕੋਰਟ 'ਚ ਪੇਸ਼ ਕੀਤਾ, ਜਿੱਥੋਂ ਕੋਰਟ ਨੇ ਇਹਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਸੀ। ਪੁਲਿਸ ਰਿਮਾਂਡ ਦੇ ਦੌਰਾਨ ਇੱਥੋਂ ਜਿਹੜੀ ਪੁੱਛਗਿੱਛ ਕੀਤੀ ਉਹਦੇ ਦਰਮਿਆਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ ਇਸੇ ਦੀ ਹੀ ਕੌਨਸਪਰੇਸੀ ਸੀ ਅਤੇ ਜਿਹਦਾ ਕਰਕੇ ਉਹਦਾ ਮਰਡਰ ਹੋਇਆ। ਇਹਦੇ ਵਿੱਚ ਜਿਹੜਾ ਇਹਨਾਂ ਦੇ ਵੈਪਨ ਆਫ ਅਫੈਂਸ ਸੀਗਾ ਉਹ ਅੱਗੇ ਫਰਦਰ ਮੋਰ ਕਿਸੇ ਹੋਰ ਬੰਦੇ ਨੂੰ ਦਿੱਤਾ, ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਮੈਂ ਡਿਸਕਲੋਜ਼ ਨਹੀਂ ਕਰ ਸਕਦਾ। ਸਫੀਸ਼ੈਂਟ ਐਵੀਡੈਂਸ ਇਹਦੇ ਖਿਲਾਫ ਇਸ ਮੁਕੱਦਮੇ ਦੇ ਵਿੱਚ, ਇਹ ਮੇਨ ਕੌਨਸਪੀਰੇਟਰ ਆ, ਇਹਦੇ ਬਿਹਾਫ ਦੇ ਉੱਤੇ ਹੀ, ਇਹਦੀ ਗਾਈਡਲਾਈਨ 'ਤੇ, ਉਹਦੀ ਇੰਸਟਰਕਸ਼ਨ ਦੇ ਉੱਤੇ ਹੀ ਜਿਹੜਾ ਇਹ ਸੁਖਵਿੰਦਰ ਲਾਲਾ ਦਾ ਮਰਡਰ ਕਮਿਟ ਹੋਇਆ।